ਸਾਰੇ ਬੱਚਿਓ ਗੁੱਡ ਮਾਰਨਿੰਗ ਬੱਚਿਓ ਤੁਸੀਂ ਸਾਰੇ ਬਹੁਤ ਅੱਛੇ ਹੋਗੇ ਔਰ ਬਹੁਤ ਕਰ ਮਿਹਨਤ ਵੀ ਕਰ ਰਹੇ ਹੋ ਬੱਚੋ ਤੁਹਾਡੇ ਐਗਜ਼ਾਮ ਹੋਏ ਔਰ ਉਹਨਾਂ ਤੋਂ ਮੈਂ ਦੇਖਿਆ ਕਿ ਤੁਹਾਨੂੰ ਬੱਚਿਓ ਥੋੜੀ ਮਿਹਨਤ ਕਰਨ ਦੀ ਜ਼ਰੂਰਤ ਹੈ ਬੱਚੋ ਤੁਸੀਂ ਪੰਜਾਬੀ ਨੂੰ ਹਿੰਦੀ ਦੀ ਤਰ੍ਹਾਂ ਲਿਖਣ ਦੀ ਕੋਸ਼ਿਸ਼ ਮਤ ਕਰੋ ਬੱਚਿਓ ਜੇ ਤੁਸੀਂ ਪੰਜਾਬੀ ਨੂੰ ਹਿੰਦੀ ਦੀ ਤਰ੍ਹਾਂ ਲਿਖੋਗੇ ਔਰ ਬੋਲੋਗੇ ਤਾਂ ਤੁਹਾਨੂੰ ਪੰਜਾਬੀ ਪੜਨ ਚ ਔਰ ਸਿੱਖਣ ਚ ਬਹੁਤ ਔਖੀਤ ਮਹਿਸੂਸ ਹੋਏਗੀ ਤੇ ਬੱਚਿਓ ਅੱਜ ਆਪਾਂ ਪੰਜਾਬੀ ਦਾ ਨਵਾਂ ਪਾਠ ਯਾਨੀ ਕਿ ਪਾਠ 5 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਇਮਾਨਦਾਰ ਆਦਮੀ ਬੱਚਿਓ ਇੱਕ ਕਹਾਣੀ ਹੈ ਇੱਕ ਐਸੇ ਵਿਅਕਤੀ ਦੀ ਜੋ ਬੜਾ ਇਮਾਨਦਾਰ ਸੀ ਔਰ ਉਹ ਬੜੀ ਗਰੀਬੀ ਦੇ ਵਿੱਚ ਵੀ ਦੁਖੀ ਨਹੀਂ ਸੀ ਯਾਨੀ ਕਿ ਗਰੀਬੀ ਦੇ ਹਾਲਾਤ ਵਿੱਚ ਵੀ ਉਹ ਪਰੇਸ਼ਾਨ ਨਹੀਂ ਸੀ ਲੇਕਿਨ ਆਪਣੀ ਇਮਾਨਦਾਰੀ ਦੇ ਕਾਰਨ ਹੀ ਉਸ ਨੂੰ ਉਸ ਦਾ ਬੜਾ ਅੱਛਾ ਫਲ ਮਿਲਿਆ ਤੇ ਚਲੋ ਆਪਾਂ ਇਹ ਕਹਾਣੀ ਪੜ੍ਹਦੇ ਹਾਂ ਰਾਮੂ ਦੇ ਘਰ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਸੀ ਘਰ ਖਾਣ ਲਈ ਕੁਝ ਵੀ ਨਹੀਂ ਸੀ ਤੇ ਬੱਚੇ ਭੁੱਖ ਨਾਲ ਵਿਆਕੁਲ ਹੋ ਰਹੇ ਸਨ ਯਾਨੀ ਕਿ ਰਾਮੂ ਦੇ ਬਾਰੇ ਦੱਸਿਆ ਗਿਆ ਹੈ ਕਿ ਉਹਦੇ ਘਰ ਦੀ ਹਾਲਤ ਗਰੀਬੀ ਕਾਰਨ ਬੜੀ ਖਰਾਬ ਸੀ ਬੱਚੇ ਉਹਦੇ ਭੁੱਖ ਨਾਲ व्याकुल हो रहे सन यानी कि बहुत परेशान सन रामू निराश मन नाल करों लबन नई काम तुरपिया जंगल विच लंगदे होए उसने लकड़ हारियां यानी कि जो लकड़ा नु कटते हन लकड़ हारियां नु लकड़ियां कटते वेखिया उसने जंगल विचों कुछ लकड़ियां इकट्ठियां कीतियां ते बेचने लई चल पया ਬੱਚੋ ਉੱਥੇ ਇੱਕ ਸੇਠਾਨੀ ਸੀ ਜਿਸਨੇ ਉਸ ਕੋਲ ਲੱਕੜੀਆਂ ਖਰੀਦ ਲਈਆਂ ਸੇਠਾਨੀ ਯਾਨੀ ਕਿ ਇੱਕ ਅਮੀਰ ਔਰਤ ਉਸਨੇ ਉਸ ਤੋਂ ਲੱਕੜੀਆਂ ਖਰੀਦ ਲਈਆਂ ਤੇ ਹਰ ਰੋਜ਼ ਲੱਕੜੀਆਂ ਦੇ ਉਹਨੂੰ ਲੈ ਕੇ ਆਉਣ ਵਾਸਤੇ ਕਹਿਣ ਲੱਗੀ RAMU ਬੜਾ ਖੁਸ਼ ਹੋਇਆ ਉਹ ਰੋਜ਼ ਲੱਕੜੀਆਂ ਲਿਜਾ ਕੇ ਸੇਠਾਨੀ ਨੂੰ ਦੇ ਆਉਂਦਾ ਤੇ ਜੋ ਪੈਸੇ ਮਿਲਦੇ ਉਹਨਾਂ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਨ ਲੱਗਾ ਇੱਕ ਦਿਨ ਦੀ ਗੱਲ ਹੈ ਕਿ ਉਸ ਨੂੰ ਜੰਗਲ ਵਿੱਚੋਂ ਲੱਕੜੀਆਂ ਘੱਟ ਮਾਤਰਾ ਵਿੱਚ ਮਿਲੀਆਂ ਜਦੋਂ ਉਸ ਨੇ ਲੱਕੜੀਆਂ ਸੇਠਾਨੀ ਨੂੰ ਦਿੱਤੀਆਂ ਤਾਂ ਰੋਜ਼ ਵਾਂਗ ਸੇਠਾਨੀ ਨੇ ਉਸ ਨੂੰ ਪੈਸੇ ਦੇ ਦਿੱਤੇ रामू ਭਾਵੇਂ ਗਰੀਬ ਸੀ ਪਰ ਇਮਾਨਦਾਰ ਸੀ ਉਸ ਨੇ ਪੂਰੇ ਪੈਸੇ ਨਾ ਲਏ ਤੇ ਕਿਹਾ ਅੱਜ ਲੱਕੜੀਆਂ ਘੱਟ ਹਨ ਇਸ ਲਈ ਮੇਰੇ ਇੰਨੇ ਪੈਸੇ ਨਹੀਂ ਬੰਦੇ सेठानी रामू दी ईमानदारी तो बहुत प्रभावित हुई यानी कि बड़ी खुश हुई तो उसने सेठ ਨੂੰ ਕਿਹਾ ਕਿ ਸਾਨੂੰ रामू ਨੂੰ ਮਦਦ ਕਰਨੀ ਚਾਹੀਦੀ ਹੈ ਕਿਵੇਂ रामू ਨੂੰ ਆਪਣੀ ਦੁਕਾਨ ਤੇ ਨੌਕਰੀ ਉਸਨੇ ਲਗਵਾ ਦਿੱਤੀ रामू दी ईमानदारी ਕਾਰਨ ਉਸ ਦੀ ਆਰਥਿਕ ਤੰਗੀ ਖਤਮ ਹੋ ਗਈ ਤੇ ਬੱਚਿਓ ਦੇਖਿਆ ਤੁਸੀਂ ਕਿ रामू ਕਿੱਡਾ ਇਮਾਨਦਾਰ ਆਦਮੀ ਸੀ ਉਸਨੇ ਕੋਈ ਬੇਈਮਾਨੀ ਨਹੀਂ ਕੀਤੀ और इस कारण उस उसका कि अच्छा फल मिलया उसकी आर्थिक तंगी भी खत्म हो गई बच्चों, आप इस कहानी तो यह सीखिया लेंगे हाँ कि सानो बड़ी ईमानदारी अपना जीवन जीना चाहिए है कदे भी बेईमानी कोशिश नहीं करनी चाहिए बच्चों, तुम इस पाठ न इस कहानी पढ़न का अभ्यास करो और ਦਿੱਤਾ ਗਿਆ ਜੋ ਕਾਰਜ ਹੈ ਯਾਨੀ ਕਿ ਜੋ ਵਰਕਸ਼ੀਟ ਤੇ ਤੁਹਾਨੂੰ ਕੰਮ ਦਿੱਤਾ ਗਿਆ ਹੈ ਉਹ ਪ੍ਰਸ਼ਨ ਉੱਤਰ ਤੁਸੀਂ ਆਪਣੀ ਕਾਪੀ ਵਿੱਚ ਲਿਖੋਗੇ ਔਰ ਜੋ ਕੰਮ ਕਿਤਾਬ ਵਿੱਚ ਜੋ ਤੁਹਾਨੂੰ ਟਿੱਕ ਦਾ ਆਪਸ਼ਨ ਵਾਲਾ ਹੈ ਉਹ ਤੁਸੀਂ ਕਿਤਾਬ ਵਿੱਚ ਕਰੋਗੇ ਬੱਚਿਓ ਤੁਹਾਨੂੰ ਪੰਜਾਬੀ ਲਈ ਥੋੜੀ ਜੀ ਮਿਹਨਤ ਕਰਨ ਦੀ ਜ਼ਰੂਰਤ ਹੈ ਲੇਕਿਨ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਬਹੁਤ ਅੱਛੇ ਨਾਲ ਆਪਣੀ ਇਹ ਡਿਊਟੀ ਇਮਾਨਦਾਰੀ ਨਾਲ ਨਿਭਾਓਗੇ ਤੇ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ